हेलो दोस्तों, वेलकम है जी एक बार फिर तो थोड़ा अपने इस चैनल स्टडी सुपीरियर दे विच। दोस्तों आज आपां एक टॉपिक करना है जिहड़ा कि अपना होवेगा जी एटमोसफेयरिक लेयर्स ऑफ अर्थ। जिवें कि असीं जाणदे हां साडी धरती दे उपर लेयर्स पाए जांदे ने, पंज तरह दीआं लेयर्स होंदीआं ने जी। उन्हां सारीआं लेयर्स दे विच दोस्तों हर साल लगभग क्वेश्चन आउंदा ही है, ते इस बार भी मैं उम्मीद करदा कि क्वेश्चन उस दे विचों जरूर आवेगा जी। इस लई दोस्तों मैं जिहड़ा टॉपिक है तुहानूं करवाउणा जरूरी समझिआ। इस तों इलावा दोस्तों मैं तुहानूं EVS ਅਤੇ ਸਾਈਕੋਲੋਜੀ ਦੀਆਂ, ਪੰਜਾਬੀ ਗ੍ਰਾਮਰ ਦੇ ਅਤੇ ਹੋਰ ਵੀ ਜਿਹੜੇ ਸੋਲਿਡ ਪੇਪਰ ਨੇ 2014 ਦੇ ਅਤੇ 2013 ਦੇ, ਅਤੇ ਇਸ ਤੋਂ ਇਲਾਵਾ 25 ਫਰਵਰੀ 2018 ਨੂੰ ਜਿਹੜਾ ਪੇਪਰ ਹੋਇਆ ਸੀ ਉਸ ਦੀ ਇਨਵਾਇਰਮੈਂਟ ਅਤੇ ਇੰਗਲਿਸ਼ ਮੈਂ ਤੁਹਾਨੂੰ ਸੋਲਵ ਕਰਾ ਚੁੱਕਿਆ। ਜੇਕਰ ਕਿਸੇ ਨੇ ਉਹ ਲੈਕਚਰ ਨਹੀਂ ਦੇਖੇ ਤਾਂ ਪਲੇਲਿਸਟ ਦੇ ਵਿੱਚ ਤੁਸੀਂ ਜਾ ਕੇ ਉਹ ਲੈਕਚਰ ਦੇਖ ਸਕਦੇ ਹੋ ਜੀ, ਠੀਕ ਹੈ ਜੀ। ਤਾਂ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਲੈਕਚਰ ਜੀ। ਹਾਂਜੀ ਦੋਸਤੋ, ਅੱਜ ਦੇ ਆਪਣੇ ਲੈਕਚਰ ਵਿੱਚ ਦੋਸਤੋ ਲੇਅਰਸ ਆਉਣਗੀਆਂ, ਜਿਵੇਂ ਕਿ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ ਲੈਕਚਰ ਸਟਾਰਟ ਹੁੰਦੇ ਸਾਰੀ। ਅਤੇ ਆਪਣਾ ਜਿਹੜਾ ਐਟਮੋਸਫੇਅਰ ਆ ਦੋਸਤੋ ਲਗਭਗ ਆਪਣਾ 10,000 ਕਿਲੋਮੀਟਰ ਤੱਕ ਫੈਲਿਆ ਹੋਇਆ, ਮੀਨਸ 5 ਤਾਂ ਆਪਣੀਆਂ ਲੇਅਰ ਹੁੰਦੀਆਂ ਨੇ, ਲੇਅਰ ਦੇ ਉੱਪਰ ਵੀ ਜਿੰਨਾ ਵੀ ਖਲਾਅ ਹੈ ਜਿਸਨੂੰ ਅਸੀਂ ਐਟਮੋਸਫੇਅਰ ਦੇ ਨਾਮ ਨਾਲ ਜਾਣਦੇ, ਇਹ ਲਗਭਗ ਦੋਸਤੋ 10,000 ਕਿਲੋਮੀਟਰ ਤੱਕ ਫੈਲਿਆ ਹੋਇਆ ਜੀ। ਅਤੇ 5 ਤਰ੍ਹਾਂ ਦੀਆਂ ਇਸ ਵਿੱਚ ਲੇਅਰ ਆਉਂਦੀਆਂ ਨੇ, ਜਿਹੜੀਆਂ ਅਪਰ ਲੇਅਰ ਹੁੰਦੀਆਂ ਨੇ, ਮੀਨਸ ਜਿਹੜੀਆਂ ਉੱਪਰਲੀਆਂ ਲੇਅਰ ਹੁੰਦੀਆਂ ਨੇ, ਅਪਰਲੀਆਂ ਦੋਸਤੋ 2 ਲੇਅਰ ਹੁੰਦੀਆਂ ਨੇ, ਉਸ ਦੀ ਜਿਹੜੀ ਸਟੱਡੀ ਹੁੰਦੀ ਹੈ ਉਸਨੂੰ ਅਸੀਂ ਐਰੋਲੋਜੀ ਦੇ ਨਾਮ ਨਾਲ ਜਾਣਦੇ ਹਾਂ ਜੀ। ਅਤੇ ਨੀਚੇ ਦੋਸਤੋ ਜਿਹੜੀਆਂ ਲੇਅਰਸ ਹੁੰਦੀਆਂ ਨੇ, 3 ਲੇਅਰਸ ਹੁੰਦੀਆਂ ਨੇ, ਉਸ ਦੀ ਸਟੱਡੀ ਨੂੰ ਅਸੀਂ ਮੈਟਰੋਲੋਜੀ ਦੇ ਨਾਮ ਨਾਲ ਜਾਣਦੇ ਹਾਂ ਜੀ, ਠੀਕ ਹੈ ਜੀ। ਜਿਵੇਂ ਕਿ ਦੋਸਤੋ ਮੈਂ ਤੁਹਾਨੂੰ ਆਪਣੇ ਲੈਕਚਰਾਂ ਦੇ ਵਿੱਚ ਹਰ ਵਾਰ ਕਹਿੰਦਾ ਕਿ ਸਾਇੰਸ ਦੀਆਂ ਜਿੰਨੀਆਂ ਵੀ ਬ੍ਰਾਂਚਿਸ ਨੇ ਉਹਨਾਂ ਦੀ ਆਪਣੀ ਆਪਣੀ ਸਟੱਡੀ ਹੁੰਦੀ ਹੈ ਜੀ, ਇਸੇ ਤਰ੍ਹਾਂ ਇਹ ਜਿਹੜੀਆਂ ਲੇਅਰਸ ਨੇ ਉਹਨਾਂ ਦੀ ਵੀ ਸਟੱਡੀ ਹੁੰਦੀ ਹੈ, ਜਿਹੜੀ ਕਿ ਅਪਰ ਲੇਅਰ ਨੇ ਉਹਨਾਂ ਨੂੰ ਅਸੀਂ ਐਰੋਲੋਜੀ ਦੇ ਨਾਮ ਨਾਲ ਜਾਣਦੇ ਹਾਂ, ਅਤੇ ਜਿਹੜੀਆਂ ਬਿਲੋ ਲੇਅਰਸ ਨੇ ਮੀਨਸ ਲੋਅਰ ਲੇਅਰ ਨੇ ਜੀ, ਉਹਨਾਂ ਦੀ ਸਟੱਡੀ ਨੂੰ ਅਸੀਂ ਮੈਟਰੋਲੋਜੀ ਦੇ ਨਾਮ ਨਾਲ ਜਾਣਦੇ ਹਾਂ ਜੀ, ਠੀਕ ਹੈ ਜੀ। ਚੱਲਦੇ ਹਾਂ ਆਪਣੀ ਨੈਕਸਟ ਸਲਾਈਡ ਵੱਲ ਜੀ। ਹਾਂਜੀ ਦੋਸਤੋ, ਅੱਗੇ ਆ ਜੀ ਆਪਣੀਆਂ ਗੈਸਿਸ। ਦੋਸਤੋ ਜਿਵੇਂ ਕਿ ਅਸੀਂ ਜਾਣਦੇ ਹਾਂ ਸਾਡੇ ਇਨਵਾਇਰਮੈਂਟ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਗੈਸਾਂ ਪਾਈਆਂ ਜਾਂਦੀਆਂ ਨੇ, ਜਿਵੇਂ ਕਿ ਹਰੇਕ ਦੀ ਆਪਣੀ ਮਾਤਰਾ ਅਤੇ ਹਰੇਕ ਗੈਸ ਦੀ ਜਿਹੜੀ ਆਪਣੀ ਖਾਸੀਅਤ ਆ ਉਹ ਪਾਈ ਜਾਂਦੀ ਹੈ ਜੀ, ਠੀਕ ਹੈ ਜੀ। ਸਭ ਤੋਂ ਪਹਿਲਾਂ ਦੋਸਤੋ ਅਸੀਂ ਗੱਲ ਕਰਾਂਗੇ ਨਾਈਟ੍ਰੋਜਨ ਗੈਸ ਦੀ। ਨਾਈਟ੍ਰੋਜਨ ਗੈਸ ਆ ਜਿਹੜੀ ਦੋਸਤੋ ਇਨਵਾਇਰਮੈਂਟ ਦੇ ਵਿੱਚ 78% ਪਾਈ ਜਾਂਦੀ ਹੈ ਜੀ ਇਹ, ਅਤੇ ਇਹ ਗੈਸ ਆ ਜਿਹੜੀ ਜਿੰਨੇ ਵੀ ਟਾਇਰ ਵਗੈਰਾ ਹੁੰਦੇ ਨੇ ਦੋਸਤੋ, ਮੋਟਰਸਾਈਕਲਾਂ ਦੇ, ਗੱਡੀਆਂ ਦੇ, ਟਰੱਕਾਂ ਦੇ, ਠੀਕ ਹੈ ਜੀ, ਜਿੰਨੇ ਵੀ ਟਾਇਰ ਵਗੈਰਾ ਹੁੰਦੇ ਨੇ ਸਾਰਿਆਂ ਦੇ ਵਿੱਚ ਜਿਹੜੀ ਨਾਈਟ੍ਰੋਜਨ ਗੈਸ ਉਹ ਫਿਲ ਕੀਤੀ ਜਾਂਦੀ ਹੈ ਜੀ। ਅਤੇ ਇਸ ਤੋਂ ਇਲਾਵਾ ਦੋਸਤੋ ਜਿਹੜੇ ਆਪਣੇ ਲੇਜ ਵਗੈਰਾ ਦੇ ਪੈਕਟ ਹੁੰਦੇ ਨੇ, ਮੀਨਸ ਜਿੰਨੀਆਂ ਵੀ ਪੈਕਿੰਗ ਚੀਜ਼ਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜਿਹੜੀ ਗੈਸ ਫਿਲ ਕੀਤੀ ਜਾਂਦੀ ਹੈ ਉਹ ਨਾਈਟ੍ਰੋਜਨ ਕੀਤੀ ਜਾਂਦੀ ਹੈ ਜੀ। ਸਾਡੇ ਇਨਵਾਇਰਮੈਂਟ ਦੇ ਵਿੱਚ ਦੋਸਤੋ ਨਾਈਟ੍ਰੋਜਨ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਜੀ, 78% ਜਿਵੇਂ ਕਿ ਅਸੀਂ ਜਾਣਦੇ ਹਾਂ ਨਾਈਟ੍ਰੋਜਨ ਪਾਈ ਜਾਂਦੀ ਹੈ, ਇਸ ਕਰਕੇ ਇਹਨਾਂ ਦੇ ਵਿੱਚ ਜਿਹੜੀ ਨਾਈਟ੍ਰੋਜਨ ਉਹ ਫਿਲ ਕੀਤੀ ਜਾਂਦੀ ਹੈ ਜੀ, ਠੀਕ ਹੈ ਜੀ। ਅਤੇ ਅੱਗੇ ਜਿਹੜੀ ਗੈਸ ਆ ਦੋਸਤੋ ਆਪਣੇ ਆਕਸੀਜਨ ਆ ਜੀ। ਆਕਸੀਜਨ ਜਿਵੇਂ ਕਿ ਅਸੀਂ ਜਾਣਦੇ ਹਾਂ ਸਾਡੇ ਲਈ ਬਹੁਤ ਜ਼ਰੂਰੀ ਹੈ ਜੀ। ਅਤੇ ਇਨਵਾਇਰਮੈਂਟ ਦੇ ਵਿੱਚ ਜਿਹੜੀ 20.9% ਜਾਂ ਕਿਤੇ ਕਿਤੇ ਇਸਦਾ ਅੰਸਰ ਆ ਜਿਹੜਾ 21% ਵੀ ਪਾਇਆ ਜਾਂਦਾ ਹੈ। ਅਤੇ ਇਨਵਾਇਰਮੈਂਟ ਦੇ ਵਿੱਚ ਦੋਸਤੋ ਜਿਹੜੀ ਆਕਸੀਜਨ ਅਸੀਂ ਇਨਹੇਲ ਕਰਦੇ, ਮੀਨਸ ਅਸੀਂ ਜਿੰਨੀਆਂ ਵੀ ਲਿਵਿੰਗ ਥਿੰਗਸ ਨੇ ਜੀ ਉਹ ਇਨਵਾਇਰਮੈਂਟ ਦੇ ਵਿੱਚ ਦੋਸਤੋ ਆਕਸੀਜਨ ਗੈਸ ਲੈਂਦੇ ਨੇ ਜੀ, ਠੀਕ ਹੈ ਜੀ। ਜਿਵੇਂ ਕਿ ਅਸੀਂ ਜਾਣਦੇ ਹਾਂ ਅਸੀਂ ਜਿਹੜੀਆਂ ਲਿਵਿੰਗ ਥਿੰਗਸ ਨੇ ਉਹ ਆਕਸੀਜਨ ਗੈਸ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਾਂ ਜੀ। ਅਤੇ ਜਿਹੜੀ ਦੋਸਤੋ ਪੌਦੇ ਨੇ ਜੀ ਬਿਲਕੁਲ ਇਸਦੇ ਉਲਟ ਨੇ, ਉਹ ਕਾਰਬਨ ਡਾਈਆਕਸਾਈਡ ਜਿਹੜੀ ਲੈਂਦੇ ਨੇ ਅਤੇ ਆਕਸੀਜਨ ਗੈਸ ਆ ਜਿਹੜੀ ਛੱਡਦੇ ਆ, ਉਹਨਾਂ ਦੀ ਛੱਡੀ ਹੋਈ ਗੈਸ ਹੀ ਅਸੀਂ ਆਕਸੀਜਨ ਦੇ ਰੂਪ ਵਿੱਚ ਵਰਤਦੇ ਹਾਂ ਜੀ। ਅਤੇ ਆਕਸੀਜਨ ਗੈਸ ਆ ਜਿਹੜੀ ਦੋਸਤੋ ਇਸਦੇ ਵਿੱਚ 2 ਗੈਸਾਂ ਮਿਲ ਕੇ ਬਣਦੀਆਂ ਨੇ ਜੀ, ਇੱਕ ਨਾਈਟ੍ਰੋਜਨ ਅਤੇ ਆਕਸੀਜਨ। ਆਕਸੀਜਨ ਦੇ ਵਿੱਚ ਨਾਈਟ੍ਰੋਜਨ ਆ ਜਿਹੜੀ ਉਹ ਇਨਵਾਇਰਮੈਂਟ ਦੇ ਵਿੱਚੋਂ ਲਈ ਜਾਂਦੀ ਹੈ, ਅਤੇ ਪੌਦੇ ਵਗੈਰਾ ਜਿਹੜੀ ਆਕਸੀਜਨ ਛੱਡਦੇ ਨੇ ਉਹਨਾਂ ਦੋਨਾਂ ਦਾ ਮਿਕਸਚਰ ਆ ਉਹ ਅਸੀਂ ਹਿਊਮਨ ਬੀਂਗਸ ਲੈਂਦੇ ਹਾਂ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਗੈਸ ਆ ਜਾਂਦੀ ਕਾਰਬਨ ਡਾਈਆਕਸਾਈਡ, ਇਸ ਦੀ ਜਿਹੜੀ ਇਨਵਾਇਰਮੈਂਟ ਦੇ ਵਿੱਚ ਮਾਤਰਾ ਦੋਸਤੋ 0.03% ਆ ਜੀ। ਅਤੇ ਜਿੰਨੇ ਵੀ ਸਾਡੇ ਦਫ਼ਤਰਾਂ ਵਗੈਰਾ ਦੇ ਵਿੱਚ ਦੋਸਤੋ ਅੱਗ ਬਚਾਓ ਯੰਤਰ ਲੱਗੇ ਹੁੰਦੇ ਨੇ, ਅਸੀਂ ਅਕਸਰ ਦੇਖਿਆ ਹੋਊਗਾ ਜੀ ਕੰਧਾਂ ਵਗੈਰਾ 'ਤੇ ਟੰਗੇ ਹੁੰਦੇ ਨੇ ਜਿਹੜੇ ਰੈੱਡ ਜਿਹੇ ਹੁੰਦੇ ਨੇ, ਉਹਨਾਂ ਦੇ ਵਿੱਚ ਦੋਸਤੋ ਜਿਹੜੀ ਗੈਸ ਫਿਲ ਕੀਤੀ ਜਾਂਦੀ ਹੈ ਉਹ ਕਾਰਬਨ ਡਾਈਆਕਸਾਈਡ ਕੀਤੀ ਜਾਂਦੀ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਜਿਹੜੀ ਗੈਸ ਆ ਉਹ ਆਰਗਨ ਆ ਜਾਂਦੀ ਹੈ ਜੀ, ਇਸ ਦੀ ਇਨਵਾਇਰਮੈਂਟ ਦੇ ਵਿੱਚ ਜਿਹੜੀ ਮਾਤਰਾ 0.9% ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ ਜਿੰਨੀਆਂ ਵੀ ਆਲ ਅਦਰ ਗੈਸਿਸ ਆ ਜਾਂਦੀਆਂ ਨੇ ਉਹ ਸਾਰੀਆਂ 0.17% ਦੇ ਵਿੱਚ ਆ ਜਾਂਦੇ ਨੇ। ਇਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੈਸਾਂ ਆ ਜਾਂਦੀਆਂ ਜਿਵੇਂ ਹੀਲੀਅਮ, ਮਿਥੇਨ ਦੋਸਤੋ, ਅਤੇ ਬਾਕੀ ਜਿੰਨੀਆਂ ਵੀ ਹੋਰ ਗੈਸਾਂ ਹੁੰਦੀਆਂ ਨੇ 0.17% ਦੇ ਵਿੱਚ ਆ ਜਾਂਦੀਆਂ ਨੇ ਜੀ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਦੋਸਤੋ ਮਿਥੇਨ ਗੈਸ ਆ ਜਿਹੜੀ ਕਿ ਆਪਾਂ ਨੂੰ ਗੋਬਰ ਗੈਸ ਤੋਂ ਮਿਲਦੀ ਹੈ ਜੀ, ਜਿਵੇਂ ਕਿ ਅਸੀਂ ਜਾਣਦੇ ਹਾਂ ਪਹਿਲਾਂ ਜਿਹੜੇ ਸਾਨੂੰ ਘਰਾਂ ਵਗੈਰਾ ਦੇ ਵਿੱਚ ਦੋਸਤੋ LPG ਨਹੀਂ ਹੁੰਦੀ ਸੀ ਤਾਂ ਉਦੋਂ ਜਿਹੜੀ ਵਰਤੋਂ ਕੀਤੀ ਜਾਂਦੀ ਸੀ ਉਹ ਮਿਥੇਨ ਗੈਸ ਦੀ ਕੀਤੀ ਜਾਂਦੀ ਸੀ, ਠੀਕ ਹੈ ਜੀ। ਮੈਂ ਉਮੀਦ ਕਰਦਾ ਦੋਸਤੋ ਇਹ ਗੈਸਾਂ ਬਾਰੇ ਤੁਹਾਨੂੰ ਜਿਹੜੇ ਕੁਐਸਚਨ ਨੇ ਸਮਝ ਆ ਗਏ ਹੋਣਗੇ ਜੀ। ਤਾਂ ਚੱਲਦੇ ਆਪਣੀ ਨੈਕਸਟ ਸਲਾਈਡ ਵੱਲ ਜੀ। ਹਾਂਜੀ ਦੋਸਤੋ, ਇੱਥੋਂ ਆਪਣੀਆਂ ਲੇਅਰ ਸਟਾਰਟ ਹੋ ਗਈਆਂ ਜੀ, ਜਿਹੜਾ ਕਿ ਆਪਣਾ ਅੱਜ ਤੱਕ ਮੇਨ ਟੋਪਿਕ ਹੈ ਜੀ, ਠੀਕ ਹੈ ਜੀ। ਅਤੇ ਸਭ ਤੋਂ ਪਹਿਲੀ ਜਿਹੜੀ ਲੇਅਰ ਆ ਦੋਸਤੋ ਆਪਣੀ ਟ੍ਰੋਪੋਸਫੀਅਰ ਹੈ ਜੀ, ਜਿਹੜੀ ਕਿ ਲਗਭਗ 18 ਕਿਲੋਮੀਟਰ ਤੱਕ ਫੈਲੀ ਹੋਈ ਹੈ। ਮੀਨਸ ਜੇਕਰ ਅਸੀਂ ਧਰਤੀ ਤੋਂ ਸਭ ਤੋਂ ਨੀਚੇ ਦੇਖੀਏ ਤਾਂ ਟ੍ਰੋਪੋਸਫੀਅਰ ਆਉਂਦੀ ਹੈ ਜੀ। ਇਹ ਜਿਹੜੀ ਲੇਅਰ ਆ ਦੋਸਤੋ ਧਰਤੀ ਤੋਂ ਲੈ ਕੇ ਲਗਭਗ 18 ਕਿਲੋਮੀਟਰ ਤੱਕ ਫੈਲੀ ਹੋਈ ਹੈ ਜੀ। ਅਤੇ ਇਸ ਦੀ ਜਿਹੜੀ ਡੈਂਸਿਟੀ ਆ ਦੋਸਤੋ ਸਭ ਤੋਂ ਜ਼ਿਆਦਾ ਹੈ ਜੀ, ਕਿਉਂਕਿ ਧਰਤੀ ਦੇ ਸਭ ਤੋਂ ਨੇੜੇ ਹੋਣ ਕਾਰਨ ਇਸ ਦੀ ਜਿਹੜੀ ਡੈਂਸਿਟੀ ਉਹ ਵੱਧ ਜਾਂਦੀ ਹੈ, ਅਤੇ ਇਸ ਦਾ ਟੈਂਪਰੇਚਰ ਵੀ ਕਾਫੀ ਵੱਧਦਾ ਹੈ, ਕਿਉਂਕਿ ਜਦੋਂ ਗਰਮੀਆਂ ਦੇ ਵਿੱਚ ਲੋਕ AC ਵਗੈਰਾ ਚਲਾਉਂਦੇ ਨੇ, ਗੈਸਾਂ ਵਗੈਰਾ ਨਿਕਲਦੀਆਂ ਨੇ, ਤਾਂ ਉਹਦੇ ਕਰਕੇ ਜਿਹੜਾ ਇਹਦਾ ਟੈਂਪਰੇਚਰ ਆ ਉਹ
ਉਸ ਤੋਂ ਬਾਅਦ ਦੋਸਤੋ ਜਿਹੜਾ ਗ੍ਰੀਨ ਹਾਊਸ ਇਫੈਕਟ ਹੁੰਦਾ ਜੀ, ਗ੍ਰੀਨ ਹਾਊਸ ਇਫੈਕਟ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਸ ਦੇ ਵਿੱਚ ਬਹੁਤ ਸਾਰੀਆਂ ਗੈਸਾਂ ਮਿਲ ਕੇ ਧਰਤੀ ਦਾ ਜਿਹੜਾ ਤਾਪਮਾਨ ਉਹ ਵਧਾ ਦਿੰਦੀਆਂ ਨੇ ਜੀ। ਗ੍ਰੀਨ ਹਾਊਸ ਇਫੈਕਟ ਦੇ ਵਿੱਚ ਦੋਸਤੋ ਕੀ ਹੁੰਦਾ, ਬਹੁਤ ਸਾਰੀਆਂ ਗੈਸਾਂ ਨੇ ਜਿਵੇਂ ਕਿ ਸੂਰਜ ਤੋਂ ਆਉਂਦੀਆਂ ਨੇ, ਬਹੁਤ ਸਾਰੀਆਂ ਇੱਦਾਂ ਦੀਆਂ ਗੈਸਾਂ ਨੇ ਜਿਹੜੀਆਂ ਕਿ ਵਾਪਸ ਚਲੀ ਜਾਂਦੀਆਂ ਨੇ, ਪਰੰਤੂ ਅਜਿਹੀਆਂ ਗੈਸਾਂ ਜਿਹਦੇ ਵਿੱਚ CO2 ਮਿਥੇਨ ਵਗੈਰਾ ਹੁੰਦੇ ਨੇ ਧਰਤੀ ਦੇ ਆਲੇ ਦੁਆਲੇ ਇੱਕ ਘੇਰਾ ਬਣਾ ਲੈਂਦੀਆਂ ਨੇ, ਅਤੇ ਬਹੁਤ ਸਾਰੀਆਂ ਗੈਸਾਂ ਨੇ ਜਿਹੜੀਆਂ ਵਾਪਸ ਨਹੀਂ ਜਾਂਦੀ ਜਾ ਪਾਉਂਦੀਆਂ ਤਾਂ ਉਹ ਧਰਤੀ 'ਤੇ ਰਹਿ ਜਾਂਦੀਆਂ ਨੇ, ਜਿਸ ਨਾਲ ਗ੍ਰੀਨ ਹਾਊਸ ਇਫੈਕਟ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਜੀ। ਠੀਕ ਹੈ ਜੀ। ਨੈਕਸਟ ਲੇਅਰ ਆ ਦੋਸਤੋ ਆਪਣੀ ਸਟੈਟੋਸਫੀਅਰ ਜੀ। ਠੀਕ ਹੈ ਜੀ। ਸਟੈਟੋਸਫੀਅਰ ਆ ਦੋਸਤੋ ਜਿਹੜੀ ਲਗਭਗ ਇਹ ਧਰਤੀ ਤੋਂ 50 ਕਿਲੋਮੀਟਰ ਦੇ ਘੇਰੇ ਤੱਕ ਫੈਲੀ ਹੋਈ ਹੈ ਜੀ। ਇਸ ਦੇ ਵਿੱਚ ਦੋਸਤੋ ਜਿਹੜਾ ਸਭ ਤੋਂ ਇੰਪੋਰਟੈਂਟ ਕੁਐਸਚਨ ਬਣਦਾ ਜੀ, ਓਜ਼ੋਨ ਲੇਅਰ ਦਾ ਬਣਦਾ ਹੈ। ਕਿ ਕੁਐਸਚਨ ਪੁੱਛਿਆ ਜਾਂਦਾ ਕਿ ਓਜ਼ੋਨ ਲੇਅਰ ਆ ਜਿਹੜੀ ਉਹ ਧਰਤੀ ਦੀ ਕਿਹੜੀ ਪਰਤ ਦੇ ਵਿੱਚ ਆ, ਤਾਂ ਉਹ ਸਟੈਟੋਸਫੀਅਰ ਦੇ ਵਿੱਚ ਆ ਜਿਹੜੀ ਕਿ ਧਰਤੀ ਦੀ ਦੂਜੀ ਪਰਤ ਹੈ ਜੀ। ਠੀਕ ਹੈ ਜੀ। ਓਜ਼ੋਨ ਲੇਅਰ ਨੂੰ ਦੋਸਤੋ ਅਸੀਂ O3 ਦੇ ਨਾਲ ਨਾਲ ਵੀ ਜਾਣਦੇ ਹਾਂ, ਜਿਹੜੀ ਕਿ ਸਾਨੂੰ ਸੂਰਜ ਆਉਣ ਵਾਲੀਆਂ ਜਿੰਨੀਆਂ ਵੀ ਹਾਨੀਕਾਰਕ ਕਿਰਨਾਂ ਹੁੰਦੇ ਨੇ ਉਹਨਾਂ ਤੋਂ ਸਾਨੂੰ ਇਹ ਬਚਾਉਂਦੀ ਹੈ ਜੀ। ਠੀਕ ਹੈ ਜੀ। ਅਤੇ ਪਲੇਨ ਵਗੈਰਾ ਹੁੰਦੇ ਨੇ ਦੋਸਤੋ, ਜਿੰਨੇ ਵੀ ਜਹਾਜ਼ ਵਗੈਰਾ ਚੱਲਦੇ ਨੇ ਉਹ ਸਟੈਟੋਸਫੀਅਰ ਦੇ ਵਿੱਚ ਚੱਲਦੇ ਨੇ, ਸਟੈਟੋਸਫੀਅਰ ਦੇ ਵਿੱਚ ਤਾਂ ਚੱਲਦੇ ਨੇ ਦੋਸਤੋ ਕਿਉਂਕਿ ਇਹ ਲੇਅਰ ਆ ਜਿਹੜੀ ਇਹ ਸ਼ਾਂਤ ਆ ਜੀ, ਇਸ ਦੇ ਵਿੱਚ ਕੋਈ ਵਾਯੂਮੰਡਲੀ ਘਟਨਾ ਨਹੀਂ ਹੁੰਦੀ, ਮੀਂਹ ਵਗੈਰਾ ਨਹੀਂ ਪੈਂਦੇ ਜੀ, ਇਸ ਕਰਕੇ ਜਿਹੜੇ ਪਲੇਨ ਨੇ ਇਸ ਦੇ ਵਿੱਚ ਆਸਾਨੀ ਨਾਲ ਚੱਲ ਪਾਉਂਦੇ ਨੇ ਜੀ। ਠੀਕ ਹੈ ਜੀ। ਮੈਂ ਉਮੀਦ ਕਰਦਾ ਦੋਸਤੋ ਤੁਹਾਨੂੰ ਇਹ ਲੇਅਰ ਵੀ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਜੀ। ਤਾਂ ਚੱਲਦੇ ਆਪਣੀ ਅਗਲੀ ਲੇਅਰ ਵੱਲ ਜੀ। ਉਸ ਤੋਂ ਬਾਅਦ ਦੋਸਤੋ ਆਪਣੀ ਲੇਅਰ ਹੈ ਜੀ ਥਰਡ ਲੇਅਰ, ਜਿਹਨੂੰ ਅਸੀਂ ਮੀਜੋਸਫੀਅਰ ਦੇ ਨਾਮ ਨਾਲ ਜਾਣਦੇ ਹਾਂ। ਇਹ ਲੇਅਰ ਆ ਦੋਸਤੋ ਲਗਭਗ ਧਰਤੀ ਤੋਂ 80 ਕਿਲੋਮੀਟਰ ਦੇ ਘੇਰੇ ਤੱਕ ਫੈਲੀ ਹੋਈ ਹੈ ਜੀ। ਅਤੇ ਇਸ ਤੋਂ ਜਿਹੜਾ ਕੁਐਸਚਨ ਬਣਦਾ ਦੋਸਤੋ ਇਹ ਬਣਦਾ ਕਿ ਜਿਹੜੇ ਵਾਯੂਮੰਡਲ ਦੀ ਸਭ ਤੋਂ ਠੰਡੀ ਲੇਅਰ ਕਿਹੜੀ ਹੈ, ਤਾਂ ਉਹ ਮੀਜੋਸਫੀਅਰ ਹੈ ਜੀ। ਠੀਕ ਹੈ ਜੀ। ਨੈਕਸਟ ਹੈ ਜੀ ਅੱਗੇ ਫੋਰਥ ਲੇਅਰ ਆ ਦੋਸਤੋ ਆਪਣੇ ਥਰਮੋਸਫੀਅਰ ਦੇ ਨਾਮ ਨਾਲ, ਜਿਹਨੂੰ ਅਸੀਂ ਜਾਣਦੇ ਹਾਂ। ਇਹ ਲਗਭਗ ਧਰਤੀ ਤੋਂ 80 ਕਿਲੋਮੀਟਰ ਦੇ ਘੇਰੇ ਤੱਕ 80 ਤੋਂ 85 ਕਿਲੋਮੀਟਰ ਦੇ ਏਰੀਆ ਤੱਕ ਫੈਲੀ ਹੋਈ ਹੈ ਜੀ। ਠੀਕ ਹੈ ਜੀ। ਅਤੇ ਇਸ ਲੇਅਰ ਨੂੰ ਦੋਸਤੋ ਅਸੀਂ ਆਇਨੋਸਫੀਅਰ ਦੇ ਨਾਮ ਨਾਲ ਵੀ ਜਾਣਦੇ ਹਾਂ ਜੀ। ਅਤੇ ਜਿੰਨੀਆਂ ਵੀ ਸਾਡੀਆਂ ਸੈਟੇਲਾਈਟ ਵਗੈਰਾ ਹੁੰਦੀਆਂ ਨੇ, ਜਿੰਨੇ ਵੀ ਵਾਇਰਲੈਸ ਕਨੈਕਟਿਵਿਟੀਆਂ ਹੁੰਦੀਆਂ ਨੇ, ਉਹ ਸਾਰੀਆਂ ਥਰਮੋਸਫੀਅਰ ਦੇ ਵਿੱਚ ਹੁੰਦੀਆਂ ਨੇ, ਜਿਹਨੂੰ ਅਸੀਂ ਆਇਨੋਸਫੀਅਰ ਦੇ ਨਾਮ ਨਾਲ ਵੀ ਜਾਣਦੇ ਹਾਂ ਜੀ। ਜਿੰਨੇ ਵੀ ਦੋਸਤੋ ਸਾਡੇ ਸੈਟੇਲਾਈਟ ਵਗੈਰਾ ਨੇ ਜੀ, ਜਿਹਦੇ ਨਾਲ ਅਸੀਂ ਸਾਡੇ ਸੰਚਾਰ ਕਰਦੇ ਹਾਂ, ਸਾਡੇ ਫੋਨ ਵਗੈਰਾ ਨੇ ਚੱਲਦੇ, ਤਾਂ ਸਾਰੇ ਥਰਮੋਸਫੀਅਰ ਦੇ ਵਿੱਚ ਉਹ ਪਾਏ ਜਾਂਦੇ ਨੇ ਜੀ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ ਐਗਜ਼ੋਸਫੀਅਰ ਹੁੰਦੀ ਹੈ ਜੀ। ਐਗਜ਼ੋਸਫੀਅਰ ਹੁੰਦੀ ਹੈ ਜਿਹੜੀ ਲਗਭਗ ਉਹ 100 ਤੋਂ ਲੈ ਕੇ 640 ਕਿਲੋਮੀਟਰ ਦੇ ਘੇਰੇ ਤੱਕ ਫੈਲੀ ਹੋਈ ਹੈ। ਜਿੰਨੀਆਂ ਵੀ ਚਾਰ ਲੇਅਰਾਂ ਦੇ ਉੱਪਰ ਜਿੰਨਾ ਵੀ ਸਾਡਾ ਐਟਮੋਸਫੇਅਰ ਬਚਦਾ ਜੀ, ਉਸ ਨੂੰ ਅਸੀਂ ਐਗਜ਼ੋਸਫੀਅਰ ਦੇ ਨਾਮ ਨਾਲ ਜਾਣਦੇ ਹਾਂ ਜੀ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ ਆਪਾਂ ਦੋਸਤੋ ਕੁਐਸਚਨ ਸੋਲਵ ਕਰ ਲਏ ਹਾਂ ਜਿਹੜੇ ਕਿ ਪ੍ਰੀਵੀਅਸ ਪੇਪਰਾਂ ਦੇ ਵਿੱਚ ਆਏ ਹੋਏ ਨੇ। ਇਸ ਨਾਲ ਕੀ ਹੋਏਗਾ ਕਿ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਲੇਅਰਸ ਦੇ ਵਿੱਚੋਂ ਕਿਸ ਤਰ੍ਹਾਂ ਦੇ ਜਿਹੜੇ ਕੁਐਸਚਨ ਨੇ ਉਹ ਪੁੱਛੇ ਜਾਂਦੇ ਨੇ ਜੀ। ਹਾਂਜੀ ਦੋਸਤੋ, ਪ੍ਰੈਕਟਿਸ ਕੁਐਸਚਨ ਦੇ ਵਿੱਚ ਆਪਣਾ ਪਹਿਲਾ ਕੁਐਸਚਨ ਹੈ ਜੀ, ਵਿੱਚ ਗੈਸ ਇਜ਼ ਮੋਸਟ ਪ੍ਰੈਜੈਂਟ ਇਨ ਦਾ ਐਟਮੋਸਫੇਅਰ। ਇਹ ਦੋਸਤੋ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਨਾਈਟ੍ਰੋਜਨ ਜਿਹੜੀ 78% ਆਪਣੇ ਐਟਮੋਸਫੇਅਰ ਦੇ ਵਿੱਚ ਪਾਈ ਜਾਂਦੀ ਹੈ ਜੀ। ਉਸ ਤੋਂ ਬਾਅਦ ਆਕਸੀਜਨ ਜਿਹੜੀ 20.9% ਜਾਂ ਲਗਭਗ 21% ਪਾਈ ਜਾਂਦੀ ਹੈ ਜੀ। ਠੀਕ ਹੈ ਜੀ। ਇਸ ਲਈ ਇਸ ਕੁਐਸਚਨ ਦਾ ਜਿਹੜਾ ਰਾਈਟ ਆਂਸਰ ਬਣੇਗਾ ਉਹ ਆਪਸ਼ਨ ਨੰਬਰ 3 ਬਣੇਗਾ ਜੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ। ਹਾਂਜੀ ਦੋਸਤੋ, ਆਪਣਾ ਨੈਕਸਟ ਕੁਐਸਚਨ ਹੈ ਜੀ, ਐਰੋਪਲੇਨਸ ਫਲਾਈਜ਼ ਇਨ ਵਿੱਚ ਲੇਅਰ। ਤਾਂ ਦੋਸਤੋ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਜਿਹੜੇ ਐਰੋਪਲੇਨ ਨੇ ਉਹ ਦੂਜੀ ਲੇਅਰ ਵਿੱਚ ਚੱਲਦੇ ਨੇ, ਜਿਹੜੀ ਕਿ ਆਪਣੀ ਸਟੈਟੋਸਫੀਅਰ ਹੈ ਜੀ। ਕਿਉਂ ਚੱਲਦੇ ਨੇ? ਕਿਉਂਕਿ ਦੋਸਤੋ ਇਹ ਲੇਅਰ ਹੈ ਜਿਹੜੀ ਬਹੁਤ ਸ਼ਾਂਤ ਹੈ ਜੀ, ਕੋਈ ਵੀ ਇਨਵਾਇਰਮੈਂਟ ਦੀ ਜਿਹੜੀ ਘਟਨਾ ਇਸ ਦੇ ਵਿੱਚ ਨਹੀਂ ਹੁੰਦੀ, ਇਸ ਲਈ ਜਿਹੜੇ ਐਰੋਪਲੇਨ ਨੇ ਇਸ ਵਿੱਚ ਆਸਾਨੀ ਨਾਲ ਚੱਲ ਸਕਦੇ ਨੇ। ਠੀਕ ਹੈ ਜੀ। ਨੈਕਸਟ ਹੈ ਜੀ, ਵਿੱਚ ਲੇਅਰ ਇਜ਼ ਰਿਸਪੋਂਸੀਬਲ ਫਾਰ ਵਾਇਰਲੈਸ ਟਰਾਂਸਮਿਸ਼ਨ। ਜਿਹੜੀ ਵਾਇਰਲੈਸ ਟਰਾਂਸਮਿਸ਼ਨ ਹੁੰਦੀ ਹੈ ਦੋਸਤੋ, ਜਿਵੇਂ ਸੈਟੇਲਾਈਟ ਵਗੈਰਾ ਹੁੰਦੇ ਨੇ ਜੀ, ਉਹਨੇ ਉਹ ਜਿਹੜੇ ਚੱਲਦੇ ਨੇ ਤਾਂ ਉਹ ਜਿਹੜੀ ਸਭ ਤੋਂ ਲਾਸਟ ਲੇਅਰ ਹੈ ਜੀ, ਉਹਦੇ ਵਿੱਚ ਚੱਲਦੇ ਨੇ, ਜਿਵੇਂ ਜਿਹਨੂੰ ਕਿ ਅਸੀਂ ਐਗਜ਼ੋਸਫੀਅਰ ਦੇ ਨਾਮ ਨਾਲ ਜਾਣਦੇ ਹਾਂ ਜੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ ਸਾਡਾ, ਦਾ ਹਾਈਟ ਆਫ ਲੇਅਰ ਐਗਜ਼ੋਸਫੀਅਰ ਇਜ਼। ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਜੀ, ਸਭ ਤੋਂ ਜਿਹੜੀ ਲਾਸਟ ਲੇਅਰਾਂ ਹੁੰਦੀਆਂ ਨੇ, ਉਸ ਤੋਂ ਬਾਅਦ ਜਿਹੜੀ ਹਾਈਟ ਬਚਦੀ ਹੈ ਉਹ ਲਗਭਗ 700 ਤੋਂ ਲੈ ਕੇ 10,000 ਕਿਲੋਮੀਟਰ ਤੱਕ ਬਚਦੀ ਹੈ ਜੀ। ਠੀਕ ਹੈ ਜੀ। ਇਸ ਕੁਐਸਚਨ ਨਾਲ ਦੋਸਤੋ ਆਪਣਾ ਜਿਹੜਾ ਅੱਜ ਦੇ ਕੁਐਸਚਨ ਸਾਰੇ ਕੰਪਲੀਟ ਹੁੰਦੇ ਨੇ। ਮੈਂ ਉਮੀਦ ਕਰਦਾ ਕਿ ਇਹ ਟੋਪਿਕ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ ਜੀ। ਕੁਐਸਚਨ ਦੋਸਤੋ ਇਸ ਤਰ੍ਹਾਂ ਇਸ ਟੋਪਿਕ ਦੇ ਵਿੱਚੋਂ ਬੜੇ ਈਜ਼ੀ ਬਣਦੇ ਨੇ, ਪਰੰਤੂ ਜੇਕਰ ਸਾਨੂੰ ਟੋਪਿਕ ਆਉਂਦਾ ਤਾਂ ਸਾਨੂੰ ਕੁਐਸਚਨ ਈਜ਼ੀ ਲੱਗਦੇ ਨੇ, ਅਤੇ ਜੇਕਰ ਸਾਨੂੰ ਟੋਪਿਕ ਨਹੀਂ ਆਉਂਦਾ ਤਾਂ ਉਹੀ ਕੁਐਸਚਨ ਸਾਡੇ ਲਈ ਡਿਫੀਕਲਟ ਬਣ ਜਾਂਦੇ ਨੇ। ਠੀਕ ਹੈ ਜੀ। ਤਾਂ ਮਿਲਦੇ ਆ ਦੋਸਤੋ ਆਪਣੇ ਅਗਲੇ ਲੈਕਚਰ ਵਿੱਚ ਜੀ। ਥੈਂਕ ਯੂ ਜੀ। ਥੈਂਕ ਯੂ।